मेरा नाम निशा है ते मैं बेसिकली मोहाली दी ही रहन वाली हां। फॉरएवर बारे दसां ते एक मेरे लिए वरदान साबित होया है। मैं खुद मेडिकल लाइन च जॉब कर दी सी। 2.5 साल जॉब करन तो बाद मैनू खुद हेल्थ दे एवें दे कुछ चैलेंजेस आए कि डॉक्टर नाल डिस्कशन करन तो बाद उन्होंने यही कहा कि मैम तुसीं 1 या 1.5 महीना मेडिसिन लो, उस तो बाद तुहानू डेफिनेटली फर्क पै जाएगा। मैं मेन जिहड़ी मैनूं प्रॉब्लम सी कि मेरे मैं विटामिन डी दी मेडिसिन दित्ती सी, विटामिन डी मेरे बहुत घट सी ते उहदी मेडिसिन जदों मैं दित्ती ते उह 1-1.5 महीना लैण तों बाद मैनूं पथरी हो गई, स्टोन हो गया ते नाले मेरे पस सैल सी उह इनक्रीज़ हो गए 8-10 हो गए, जो कि नॉर्मली 0-1 होने चाहिए है। ਜਦੋਂ ਮੈਂ ਡਾਕਟਰ ਨਾਲ ਇਸ ਬਾਰੇ ਕੰਸਰਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਨੋਰਮਲ ਹੈ, ਜਦੋਂ ਵੀ ਅਸੀਂ ਵਿਟਾਮਿਨ ਡੀ ਦੀ ਮੈਡੀਸਿਨ ਦਿੰਦੇ ਹਾਂ ਇਹ ਪਸਰ ਵੱਧ ਜਾਂਦੇ ਨੇ ਅਤੇ ਕਈ ਵਾਰ ਸਟੋਨ ਵੀ ਹੋ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਮੈਂ ਸਟੋਨ ਦੀ ਮੈਡੀਸਿਨ ਦਿੱਤੀ ਅਤੇ ਉਹ ਮੈਡੀਸਿਨ ਲੈਣ ਤੋਂ ਬਾਅਦ ਰੈਗੂਲਰ ਮੈਂ 18-19 ਡੇਜ਼ ਮੈਡੀਸਿਨ ਜਦੋਂ ਦਿੱਤੀ ਉਹ ਲੈਣ ਤੋਂ ਬਾਅਦ ਮੈਨੂੰ ਪੇਟ 'ਚ ਕਾਫੀ ਦਰਦ ਰਹਿਣਾ ਸ਼ੁਰੂ ਹੋ ਗਿਆ ਅਤੇ ਜਿਹੜਾ ਕਿਡਨੀ 'ਚ ਸਟੋਨ ਸੀ ਉਹ ਮੂਵ ਕਰਨਾ ਸ਼ੁਰੂ ਹੋ ਗਿਆ। ਜਿਹੜੀ ਮੇਰੀ ਪੇਨ ਪਹਿਲਾਂ ਇੱਕ ਜਗ੍ਹਾ 'ਤੇ ਹੁੰਦੀ ਸੀ ਉਹ ਮੂਵ ਕਰ ਕਰਕੇ ਕਾਫੀ ਜਗ੍ਹਾ 'ਤੇ ਰਹਿਣ ਲੱਗ ਗਈ ਅਤੇ ਉਹ ਮੈਡੀਸਿਨ ਦੇ ਨਾਲ ਇੰਨਾ ਜ਼ਿਆਦਾ ਇਫੈਕਟ ਪਿਆ ਕਿ ਜਿਹੜੇ ਮੇਰੇ ਪਸ ਸੈੱਲ ਪਹਿਲਾਂ ਬਹੁਤ ਘੱਟ ਸੀ ਉਹ ਵੱਧ ਕੇ 20-25 ਹੋ ਗਏ। ਜਦੋਂ ਪਸ ਸੈੱਲ 20-25 ਹੋਏ ਅਤੇ ਸਾਡੇ ਘਰ ਆਉਂਦੇ ਸੀ ਪ੍ਰਵੀਨ ਸਰ, ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ ਕਿ ਮੈਮ ਤੁਸੀਂ ਫੋਰਐਵਰ ਦੇ ਸਪਲੀਮੈਂਟਸ ਲੈਣੇ ਸ਼ੁਰੂ ਕਰੋ ਕਿਉਂਕਿ ਨੈਚੁਰਲ ਹੈ, ਸਪਲੀਮੈਂਟਸ ਲੈਣ ਨਾਲ ਕਾਫੀ ਫਰਕ ਪਏਗਾ ਤੁਹਾਨੂੰ, ਕਿ ਮੈਡੀਸਿਨ ਬੰਦ ਕਰ ਦਿਓ। ਲੇਕਿਨ ਮੈਡੀਕਲ ਬੈਕਗ੍ਰਾਊਂਡ ਸੀ ਇਸ ਕਾਰਨ ਮੈਂ ਮੈਡੀਸਿਨ ਨਾ ਬੰਦ ਕਰਦੇ ਹੋਏ ਕੰਟੀਨਿਊ ਰੱਖੀ। ਜਦੋਂ ਨੈਕਸਟ ਟਾਈਮ ਅਲਟਰਾਸਾਊਂਡ ਹੋਇਆ ਤਾਂ ਮੇਰੀ ਜਿਹੜੀ ਸਟੋਨ ਸੀ ਪਹਿਲਾਂ ਬਹੁਤ ਛੋਟੀ ਸੀ ਉਹ ਵੱਧ ਕੇ 7.8 ਹੋ ਗਈ। ਉਸ ਟਾਈਮ ਡਾਕਟਰ ਨਾਲ ਗੱਲ ਕੀਤੀ ਅਤੇ ਡਾਕਟਰ ਨੇ ਮੈਨੂੰ ਕਿਹਾ ਕਿ ਇਮੀਡੀਏਟ ਓਪਰੇਸ਼ਨ ਕਰਵਾ ਲਓ ਕਿਉਂਕਿ ਕਿਸੇ ਵੀ ਟਾਈਮ ਕਿਡਨੀ ਡੈਮੇਜ ਹੋ ਸਕਦੀ ਹੈ। ਉਸ ਟਾਈਮ ਜਦੋਂ ਮੇਰੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਸੀ ਅਤੇ ਮੈਂ ਪ੍ਰਵੀਨ ਸਰ ਨੂੰ ਕਾਲ 'ਤੇ ਘਰ ਬੁਲਾਇਆ, ਘਰ ਬੁਲਾ ਕੇ ਪੂਰੀ ਡਿਸਕਸ਼ਨ ਕੀਤੀ। ਉਸ ਟਾਈਮ ਇੱਕ ਹੀ ਰਸਤਾ ਸੀ, ਜਾਂ ਤਾਂ ਮੈਂ ਓਪਰੇਸ਼ਨ ਕਰਵਾ ਲਵਾਂ ਅਤੇ ਓਪਰੇਸ਼ਨ ਤੋਂ ਬਾਅਦ ਵੀ ਡਾਕਟਰ ਗਰੰਟੀ ਨਹੀਂ ਦਿੰਦੇ ਕਿ ਕਿਡਨੀ ਵਿੱਚ ਪੱਥਰੀ ਦੁਬਾਰਾ ਨਹੀਂ ਬਣੇਗੀ ਕਿਉਂਕਿ ਸਟੋਨ ਐਵੇਂ ਦੀ ਚੀਜ਼ ਹੈ ਕਿ ਅਸੀਂ ਅਗਰ ਇਹਨੂੰ ਇੱਕ ਵਾਰੀ ਕਢਵਾ ਵੀ ਲੈਂਦੇ ਹਾਂ ਓਪਰੇਸ਼ਨ ਦੇ ਥਰੂ ਤਾਂ ਇਹ ਦੁਬਾਰਾ ਹੋ ਜਾਂਦਾ ਹੈ। ਫਿਰ ਉਸ ਟਾਈਮ 'ਤੇ ਪ੍ਰਵੀਨ ਸਰ ਨੇ ਮੈਨੂੰ ਰਿਕਮੈਂਡ ਕੀਤਾ ਕਿ ਮੈਂ ਨੈਕਟਰ ਲਵਾਂ, ਬੀ ਪੋਲਨ ਲਵਾਂ, ਆਰਟਿਕ ਸੀ ਲਵਾਂ, ਇਸ ਨਾਲ ਮੈਂ ਸੀਨੀਅਮ ਪਲੱਸ ਲਵਾਂ। ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਸਿਰਫ 18 ਡੇਜ਼ ਇਹ ਸਭ ਸਪਲੀਮੈਂਟਸ ਲਿੱਤੇ ਸੀ ਅਤੇ ਆਫਟਰ ਦੈਟ ਜਦੋਂ ਮੇਰਾ ਯੂਰਿਨ ਦਾ ਟੈਸਟ ਹੋਇਆ ਤਾਂ ਜਿਹੜੇ ਪਰਸਨ ਮੇਰੇ 20-25 ਹੋ ਗਏ ਸੀ ਉਹ ਨੋਰਮਲ 0-1 ਹੋ ਗਏ। ਆਫਟਰ ਦੈਟ ਜਦੋਂ ਮੈਂ ਅਲਟਰਾਸਾਊਂਡ ਕਰਵਾਇਆ ਅਤੇ ਜਿਹੜੀ ਪੱਥਰੀ ਮੇਰੀ ਇੰਨੀ ਵੱਡੀ ਸ਼ੋ ਕਰ ਰਹੀ ਸੀ ਔਰ ਉਹ ਕਹਿ ਰਹੇ ਸੀ ਡਾਕਟਰ ਕਿ ਕਿਡਨੀ ਡੈਮੇਜ ਹੋ ਗਈ, ਉਹ ਬਿਲਕੁਲ ਸਟੋਨ ਖਤਮ ਹੋ ਗਿਆ, ਉਹ ਮੈਲਟ ਹੀ ਹੋ ਗਿਆ। ਅਤੇ ਸਭ ਤੋਂ ਜ਼ਿਆਦਾ ਧੰਨਵਾਦ ਦੇਣਾ ਚਾਹਾਂਗੀ ਮੈਂ ਫੋਰਐਵਰ ਦਾ, ਪ੍ਰਵੀਨ ਸਰ ਦਾ ਜਿਨ੍ਹਾਂ ਨੇ ਮੈਨੂੰ ਇਹ ਪ੍ਰੋਡਕਟਸ ਰਿਕਮੈਂਡ ਕੀਤੇ। ਉਸ ਤੋਂ ਜ਼ਿਆਦਾ ਧੰਨਵਾਦ ਦੇਣਾ ਚਾਹਾਂਗੀ ਅਮਰਜੀਤ ਉਬੀ ਜੀ ਦਾ, ਉਹਨਾਂ ਦਾ ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਉਹ ਇੰਡੀਆ 'ਚ ਪ੍ਰੋਡਕਟ ਲੈ ਕੇ ਆਏ। ਜੇ ਉਹ ਇੰਡੀਆ 'ਚ ਪ੍ਰੋਡਕਟ ਨਾ ਲੈ ਕੇ ਆਉਂਦੇ ਤਾਂ ਮੇਰੇ ਵਰਗੇ ਕਈ ਲੋਕ ਜੋ ਕਿ ਸਪਲੀਮੈਂਟਸ ਨਾਲ ਠੀਕ ਹੋਏ ਨੇ ਸ਼ਾਇਦ ਠੀਕ ਨਾ ਹੋ ਪਾਉਂਦੇ। ਅਤੇ ਰੱਬ ਤੋਂ ਸਭ ਤੋਂ ਜ਼ਿਆਦਾ ਧੰਨਵਾਦ ਦੇਣਾ ਚਾਹਾਂਗੀ ਮੈਂ ਡੈਕਸ ਜੀ ਦਾ ਜਿਨ੍ਹਾਂ ਨੇ ਇਹ ਸਪਲੀਮੈਂਟ ਸਾਡੇ ਲਈ ਬਣਾਏ। ਅਗਰ ਇਹ ਸਪਲੀਮੈਂਟ ਨਹੀਂ ਬਣਦੇ ਤਾਂ ਅੱਜ ਹਜ਼ਾਰਾਂ ਲੱਖਾਂ ਦੁਨੀਆ ਜੋ ਕਿ ਡਾਕਟਰਸ ਦੇ ਮੈਡੀਸਿਨ ਦੇ ਨਾਲ ਅਸੀਂ ਮੈਡੀਸਿਨ ਸਿਰਫ ਠੀਕ ਹੋਣ ਵਾਸਤੇ ਖਾਂਦੇ ਹਾਂ, ਜਦਕਿ ਜਦੋਂ ਅਸੀਂ ਮੈਡੀਸਿਨ ਲੈ ਲੈਂਦੇ ਹਾਂ ਅਗਰ ਉਹਦੀ ਥੋੜ੍ਹੀ ਜਿਹੀ ਵੀ ਕੁਆਂਟਿਟੀ ਵੱਧ ਜਾਂਦੀ ਹੈ ਤਾਂ ਉਹੀ ਮੈਡੀਸਿਨ ਸਾਈਡ ਇਫੈਕਟਸ ਕਰਦੀਆਂ ਨੇ। ਅਤੇ ਮੈਂ ਇਹੀ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਜਿੰਨੇ ਵੀ ਮੇਰੇ ਭੈਣ ਭਾਈ ਹੈ ਜਿਹੜੇ ਵੀ ਇਹੀ ਸੋਚਦੇ ਮੇਰੀ ਤਰ੍ਹਾਂ ਕਿ ਸਪਲੀਮੈਂਟਸ ਨਾਲ ਕੋਈ ਫਰਕ ਨਹੀਂ ਪੈਂਦਾ, ਪਲੀਜ਼ ਆਪਣੀ ਸੋਚ ਨੂੰ ਬਦਲੋ। ਸਪਲੀਮੈਂਟਸ ਨਾਲ ਬਹੁਤ ਫਰਕ ਪੈਂਦਾ, ਈਵਨ ਕਿ ਸਪਲੀਮੈਂਟ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਗਰ ਸਪਲੀਮੈਂਟ ਅਸੀਂ ਲੈਂਦੇ ਹਾਂ ਤਾਂ ਸਾਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਲੇਕਿਨ ਅਗਰ ਅਸੀਂ ਮੈਡੀਸਿਨ ਲੈਂਦੇ ਹਾਂ ਤਾਂ ਇੱਕ ਜਗ੍ਹਾ 'ਤੇ ਅਸਰ ਕਰ ਵੀ ਜਾਂਦੀ ਹੈ ਅਤੇ ਦੂਸਰੀ ਜਗ੍ਹਾ ਸਾਈਡ ਇਫੈਕਟ ਵੀ ਜਾਂਦੀ ਹੈ। ਅਤੇ ਐਂਡ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਫੋਰਐਵਰ ਮੇਰੇ ਲਈ ਵਰਦਾਨ ਸਾਬਿਤ ਹੋਇਆ ਅਤੇ ਰੱਬ ਕਰੇ ਹਰ ਘਰ ਵਿੱਚ ਫੋਰਐਵਰ ਐਵੇਂ ਹੀ ਵਰਦਾਨ ਸਾਬਿਤ ਹੋਵੇ। ਥੈਂਕ ਯੂ ਸੋ ਮਚ।